ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਵੀ ਤੁਸੀਂ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦੋ, ਉਸ ਹੰਗਾਮੀ ਸੈਸ਼ਨ ਦੇ ਵਿੱਚ ਪਾਸ ਕਰੋ 1966 ਦੀ 78 ਅਤੇ 1956 ਦੀ 14। ਪਾਈਪ ਸਟਾਰਟ ਕੀਤੀ ਹੈ, ਸਾਡਾ ਪਾਣੀ ਸਾਡਾ ਹੱਕ, ਕਿਉਂ ਦੇ ਦਈਏ ਅਸੀਂ ਵੀ ਪੰਜਾਬ ਦਾ ਪਾਣੀ ਰਾਜਸਥਾਨ ਦਿੱਲੀ ਹਰਿਆਣੇ ਨੂੰ ਫ੍ਰੀ ਦੇ ਵਿੱਚ? ਸਾਡੇ ਕੋਲ ਕਾਨੂੰਨ ਰਿਪੇਰੀਅਨ ਸਟੇਟ, ਅਸੀਂ ਹਾਂ ਪੰਜਾਬ ਰਿਪੇਰੀਅਨ ਸਟੇਟ ਆ, ਸਾਡਾ ਕਾਨੂੰਨ ਅਧਿਕਾਰ ਆ। ਇਸ ਅਧਿਕਾਰ ਨੂੰ ਇੱਕ ਬਿੱਲ ਦੇ ਰੂਪ 'ਚ ਪਾਸ ਕਰਾਉਣ ਲਈ ਬੈਂਸ ਨੂੰ ਕੁੱਟ ਤਾਂ ਖਾਣੀ ਪਈ, ਠੁੱਡੇ ਖਾਣੇ ਪਏ, ਮਾਰਸ਼ਲਾਂ ਤੋਂ ਕੱਪੜੇ ਪੜਵਾਉਣੇ ਪਏ, ਪਰ ਆਹ ਰੈਜੋਲੂਸ਼ਨ ਪਾਸ ਹੋ ਗਿਆ, ਬਿੱਲ ਪਾਸ ਹੋ ਗਿਆ ਸਰਕਾਰੀ ਮਤਾ। ਮਾਨਯੋਗ ਮੁੱਖ ਮੰਤਰੀ ਹਰਿਆਣਾ ਸ਼੍ਰੀ ਖੱਟਰ ਨੇ ਦਿੱਲੀ ਦੀ ਕੇਜਰੀਵਾਲ ਹਕੂਮਤ ਨੂੰ ਲਿਖ ਕੇ ਭੇਜਤਾ ਵੀ ਭਾਈ ਪਾਣੀ ਦੀ ਕੀਮਤ ਨਾਲ ਭੇਜਤਾ ਬਿੱਲ, ਵੀ ਇਹ ਕੀਮਤ ਨਹੀਂ ਦਿਓਗੇ ਪਾਣੀ ਬੰਦ ਕਰ ਦਿਆਂਗੇ। ਦਿੱਲੀ ਦੀ ਸਰਕਾਰ ਨੂੰ ਮਜ਼ਬੂਰੀ ਬਸ ਪਾਣੀ ਦੀ ਕੀਮਤ ਤਾਜ਼ਾ ਤਾਜ਼ੀ ਗੱਲ ਹੈ ਹਰਿਆਣੇ ਨੂੰ ਦੇਣੀ ਪਈ। ਕੈਪਟਨ ਅਮਰਿੰਦਰ ਸਿੰਘ ਨੂੰ ਕੀ ਪ੍ਰੋਬਲਮ ਆ, ਕਿਉਂ ਨਹੀਂ ਬਿੱਲ ਬਣਾ ਕੇ ਭੇਜਦੇ 16 ਲੱਖ ਕਰੋੜ ਰੁਪਈਆ? ਜਾਂ ਕੈਪਟਨ ਅਮਰਿੰਦਰ ਸਿੰਘ ਇਹ ਦੱਸ ਦੇਣ ਵੀ ਪੰਜਾਬ ਦੇ ਸਿਰ 'ਤੇ 3 ਲੱਖ ਕਰੋੜ ਦਾ ਕਰਜ਼ਾ, ਕਿਸਾਨ ਦੇ ਸਿਰ 'ਤੇ 1 ਲੱਖ ਕਰੋੜ ਦਾ ਕਰਜ਼ਾ, 4 ਲੱਖ ਕਰੋੜ ਰੁਪਈਏ ਦੇ ਕਰਜ਼ੇ ਉਤਾਰਨ ਦਾ ਕੋਈ ਰਸਤਾ ਹੋਵੇ ਅਸੀਂ ਮਗਰ ਲੱਗ ਜਾਵਾਂਗੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।